ਕਾਲੇ ਕਾਨੂੰਨਾਂ ਦੇ ਖਿਲਾਫ਼ ਅੱਜ ਕਿਸਾਨ ਜਥੇਬੰਦੀਆਂ ਨੇ ਗੁਰਦਾਸਪੁਰ ਵਿੱਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ। ਰਿਪੋਰਟਰ ਸੰਜੀਵ ਕੁਮਾਰ ਦੀ ਵਿਸ਼ੇਸ਼ ਰਿਪੋਰਟ, ਮਸਕਾ ਚਸਕਾ ਟਾਈਮ, ਗੁਰਦਾਸਪੁਰ। ਮੁਰਦਾਬਾਦ, ਮੋਦੀ ਤੇਰੀ ਕਬਰ ਖੁਦੇਗੀ, ਅੱਜ ਨਹੀਂ ਤੇ ਕੱਲ ਖੁਦੇਗੀ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਇਹ ਸਰਕਾਰਾਂ ਕਰਦੀਆਂ ਕੀ, ਫੇਰਾ ਫੇਰੀ 420। ਮੋਦੀ ਤੇਰੀ ਕਬਰ ਖੁਦੇਗੀ, ਅੱਜ ਨਹੀਂ ਤੇ ਕੱਲ ਖੁਦੇਗੀ। ਮੋਦੀ ਤੇਰੀ ਕਬਰ ਖੁਦੇਗੀ, ਅੱਜ ਨਹੀਂ ਤੇ ਕੱਲ ਖੁਦੇਗੀ। ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ, ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ, ਵੀਰ ਪ੍ਰਧਾਨ ਤੇਜਾ ਸਿੰਘ ਸੁਤੰਤਰ ਜੋਨ, ਅੱਜ ਅਸੀਂ ਕਿਸਾਨ ਮਜ਼ਦੂਰ ਸੰਘ ਸਮੇਟੀ ਦੇ ਆਗੂ ਅਤੇ ਪਿੰਡ ਲੜਪਣੀ ਦੇ ਵਿੱਚ ਸਾਰੇ ਹੀ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਇਕੱਠੇ ਹੋ ਗਏ, ਮੋਦੀ ਸਰਕਾਰ ਦਾ ਪਿੱਠ ਸਿਆਪਾ ਕਰ ਰਹੇ ਹਾਂ, ਪੁਤਲਾ ਫੂਕਣ ਰਹੇ ਹਾਂ, ਜੋ ਕਿ ਇਹਦੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ, ਜੋ ਕਾਲੇ ਕਾਨੂੰਨ ਜਿਹੜੇ ਨੇ ਇਹਨਾਂ ਨੇ ਤਿੰਨ ਬਣਾਏ ਨੇ ਆਰਡੀਨੈਂਸ, ਉਹ ਬਹੁਤ ਘਾਤਕ ਨੇ ਸਾਰੇ ਲੋਕਾਂ ਵਾਸਤੇ, ਭਾਵੇਂ ਉਹ ਦੁਕਾਨਦਾਰ ਆ, ਭਾਵੇਂ ਉਹ ਮੁਲਾਜ਼ਮ ਆ, ਭਾਵੇਂ ਉਹ ਕਿਸਾਨ ਆ, ਮਜ਼ਦੂਰ ਆ, ਸਾਰਿਆਂ ਵਾਸਤੇ ਬਹੁਤ ਮਾੜੇ ਨੇ। ਇਸ ਕਰਕੇ ਅਸੀਂ ਅੱਜ ਪੁਤਲਾ ਫੂਕਿਆ ਕਿ ਮੋਦੀ ਸਰਕਾਰ ਦੀਆਂ ਬਹੁਤ ਮਾੜੀਆਂ ਨੀਤੀਆਂ ਨੇ। ਕਿੰਨਾ ਚਿਰ ਹੋ ਗਿਆ, 5 ਮਹੀਨੇ ਹੋ ਗਏ ਨੇ, ਜਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਸਾਰੇ ਲੋਕਾਂ ਨੂੰ ਦਿੱਲੀ 'ਚ ਜਾ ਕੇ ਜਿਹੜਾ ਆ ਘੇਰਾ ਪਾਇਆ, ਜਿਹੜਾ ਬਾਰਡਰਾਂ 'ਤੇ ਦਿੱਲੀ ਦੇ ਬੈਠੇ ਨੇ ਸਭ ਲੋਕ, ਅਜੇ ਤੱਕ ਇਹ ਸਰਕਾਰ ਜਿਹੜੀ ਹੈ ਅਜੇ ਲੋਕਾਂ ਦੀ ਸੁਣ ਨਹੀਂ ਰਹੀ। ਇਸ ਕਰਕੇ ਇਹ ਕਾਲੇ ਕਾਨੂੰਨ ਜਿਹੜੇ ਨੇ ਇਹ ਰੱਦ ਕਰਾਉਣ ਵਾਸਤੇ, ਇਹ ਜਿੰਨਾ ਚੱਕਰ ਰੱਦ ਨਹੀਂ ਹੁੰਦੇ ਉਹਨਾਂ ਤੱਕ ਜਿਹੜਾ ਸਾਡੇ ਉਹ ਧਰਨੇ ਜਿਹੜੇ ਨੇ ਉਹ ਚੱਲਦੇ ਰਹਿਣਗੇ, ਇਹ ਕਾਨੂੰਨ ਰੱਦ ਕਰਾ ਕਰਾਵਾਂਗੇ। ਦੂਜਾ, ਪੰਜਾਬ ਸਰਕਾਰ, ਕੈਪਟਨ ਸਰਕਾਰ ਜਿਹੜੀ ਹੈ, ਇਹਦੀਆਂ ਬੜੀਆਂ ਮਾੜੀਆਂ ਦਿੱਤੀਆਂ। ਹਰ ਵਾਰੀ ਕਿਸਾਨ ਜਿਹੜੇ ਨੇ ਉਹ ਮਤਲਬ ਪਰੇਸ਼ਾਨ ਹੁੰਦੇ ਨੇ, ਬਾਦਲ ਨਹੀਂ ਹੁੰਦਾ, ਅਤੇ ਐਰਕਾਂ ਫਿਰ ਬਾਦਲ ਜਿਹੜਾ ਬੜਾ ਲੇਟ ਆਇਆ, ਐਲਾਨ ਇਹਨਾਂ ਕੀਤਾ ਸੀ 10 ਤਰੀਕ ਦੇ ਉੱਤੇ ਜਿਹੜੀ ਸਰਕਾਰੀ ਖਰੀਦ ਜਿਹੜੀ ਸ਼ੁਰੂ ਹੋ ਜਾਣੀ ਹੈ, ਪਰ ਇਹ ਜਿਹੜਾ ਬੜਾ ਲੇਟ ਜਿਹੜਾ ਬਾਦਲ ਆਇਆ ਅਤੇ ਖਰੀਦ ਜਿਹੜੀ ਹੈ ਉਹ ਲੇਟ ਸ਼ੁਰੂ ਹੋਈ ਹੈ, ਲੋਕਾਂ ਨੂੰ ਬੜਾ ਖੱਜਲ ਖਰਾਬ ਕੀਤਾ। ਇਸ ਕਰਕੇ ਕੈਪਟਨ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਵੀ ਇਹਨਾਂ ਕੰਮਾਂ ਤੋਂ ਬਾਜ ਆਵੇ ਅਤੇ ਕਿਸਾਨਾਂ ਨੂੰ ਜਿਹੜਾ ਆ ਉਹ ਨਾ ਖਰਾਬ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।